ਇਹ ਤਾਂ ਯਾਰ ਹੁਣ ਗੱਲ ਲੋਕਾਂ ਨੇ ਮੀਡੀਆ ਨੇ ਤੇ ਆਮ ਲੋਕਾਂ ਨੇ ਚਲਾਈ ਰੱਖਣੀ। ਜੇ ਮੈਂ ਉਹ ਪਹਿਲਾਂ ਕਹੀ ਜਾਂਦਾ ਸੀ ਮੁੱਖ ਮੰਤਰੀ, ਉਹ ਕਹਿੰਦਾ ਸੀ ਇਹ ਧਰਮ ਪਤਨੀ ਆ, ਹੁਣ ਪਤਨੀ ਨੂੰ ਟਿਕਟ ਦਵਾਉਣ ਨੂੰ ਫਿਰਦੇ ਆ। ਜੇ ਘਰ ਵਾਲੀ ਨੂੰ ਟਿਕਟ ਦਵਾ ਦਿੰਦੇ ਫਿਰ ਇਹਨਾਂ ਨੇ ਕਹਿਣਾ ਆਪਦੀ ਘਰ ਵਾਲੀ ਨੂੰ ਹੀ ਦਵਾਤੀ ਪੰਜਾਬ ਦੇ ਪ੍ਰਧਾਨ ਨੇ ਟਿਕਟ, ਕਿਸੇ ਪਾਸੇ ਨਹੀਂ ਛੱਡਣਾ। ਤੇ ਜੇ ਸੈਕਰੀਫਾਈਸ ਕੀਤਾ, ਉਲਟਾ ਇਹ ਕਿਹਾ ਕਿ ਆਮ ਲੋਕਾਂ ਨੂੰ ਅਸੀਂ ਤਾਕਤ ਦੇਵਾਂਗੇ ਆਮ ਲੋਕਾਂ ਤੋਂ ਲੈ ਕੇ, ਤੇ ਇਸ ਗੱਲ ਨੂੰ ਉਲਟਾ ਸ਼ਲਾਘਾ ਕਰਨੀ ਚਾਹੀਦੀ ਕਿ ਪਹਿਲਾ ਪ੍ਰਧਾਨ ਹੈ ਜਿਹਨੇ ਕਿਹਾ ਕਿ ਨਹੀਂ ਮੈਂ ਧਰਮ ਪਤਨੀ ਨੂੰ ਚੁਣਾਵ ਨਹੀਂ ਲੜਾਂਗਾ। ਹਾਲਾਂਕਿ ਧਰਮ ਪਤਨੀ ਡਿਜ਼ਰਵ ਕਰਦੀ ਸੀ, ਹਾਲਾਂਕਿ ਧਰਮ ਪਤਨੀ ਦਾ ਨਾਮ ਸਭ ਤੋਂ ਨੰਬਰ 1 ਸੀਗਾ, ਪਰ ਹਾਂ ਬਿਲਕੁਲ। ਤੇ ਇਹ ਕਿਹਾ ਗਿਆ ਕਿ ਮਜ਼ਬੂਤ ਕੈਂਡੀਡੇਟ ਹੈ, ਪਰ ਮੈਂ ਫਿਰ ਕਿਹਾ ਕਿ ਨਹੀਂ ਆਮ ਲੋਕਾਂ ਨੂੰ ਅਸੀਂ ਮੌਕਾ ਦੇਵਾਂਗੇ, ਲੜਾਂਗੇ ਯਾਰ। ਹਜੇ ਕੋਈ ਭੱਜ ਥੋੜੀ ਚੱਲੇ, 45 ਸਾਲ 46 ਸਾਲ ਦੀ ਉਮਰ ਦੇ ਵਿੱਚ ਜਦੋਂ ਔਖੀ ਘੜੇ ਹੋਏਗੀ ਡਟ ਕੇ ਜਿਹਦੇ ਨਾਲ ਕਾਂਗਰਸ ਪਾਰਟੀ ਕਹੇਗੀ ਲੜਾਂ। ਸੋ ਵੈਸੇ ਤਾਂ ਮੈਂ ਯਾਰ ਪਰਿਵਾਰ ਦੀ ਗੱਲ ਨਹੀਂ ਕਰ ਰਿਹਾ, ਪਰਿਵਾਰਵਾਦ ਦੀ ਗੱਲ ਨਹੀਂ ਕਰ ਰਿਹਾ। ਡਿਜ਼ਰਵਿੰਗ ਲੋਕਾਂ ਨੂੰ ਟਿਕਟ ਮਿਲਣਾ ਚਾਹੀਦਾ, ਲੇਕਿਨ ਕਦੇ ਕਦੇ ਤੁਹਾਨੂੰ ਮੈਸੇਜਿੰਗ ਦੇਣ ਦੀ ਵੀ ਜ਼ਰੂਰਤ ਹੁੰਦੀ ਹੈ। ਹੋ ਸਕਦਾ ਮੈਂ ਪੰਜਾਬ ਦਾ ਪ੍ਰਧਾਨ ਨਾ ਹੁੰਦਾ ਤਾਂ ਮੈਂ ਆਪਦੀ ਘਰ ਨੂੰ ਸਟਰੋਂਗ ਕੈਂਡੀਡੇਟ ਲੜਾ ਦਿੰਦਾ, ਕਿਉਂਕਿ ਉਹ ਪਾਰਲੀਮੈਂਟ ਦੀ ਗੱਲ ਹੈ, ਐਮਐਲਏ ਦੀ ਗੱਲ ਹੈ। ਅੱਜ ਮੈਂ ਪ੍ਰਧਾਨ ਹੈ, ਮੇਰੀ ਜ਼ਿੰਮੇਵਾਰੀ ਜ਼ਿਆਦਾ ਬਣਦੀ ਹੈ, ਕਿਉਂਕਿ ਉਹ ਨੈਰੇਟਿਵ ਸੈੱਟ ਹੁੰਦਾ ਕਿ ਪ੍ਰਧਾਨ ਨੇ ਕੇਵਲ ਆਪਦੀ ਘਰ ਵਾਲੀ ਹੱਸੇ ਹੀ, ਕਿਉਂਕਿ ਮੇਰੀ ਹੋਰ ਜ਼ਿੰਮੇਵਾਰੀਆਂ ਵੀ ਹੈ, ਫਿਰ ਮੇਰਾ ਧਿਆਨ ਉੱਥੇ ਹੋਣਾ ਸੀਗਾ। ਇਹ ਤਾਂ ਯਾਰ ਹੁਣ ਗੱਲ ਲੋਕਾਂ ਨੇ ਮੀਡੀਆ ਨੇ ਤੇ ਆਮ ਲੋਕਾਂ ਨੇ ਚਲਾਈ ਰੱਖਣੀ। ਜੇ ਮੈਂ ਉਹ ਪਹਿਲਾਂ ਕਹੀ ਜਾਂਦਾ ਸੀ ਮੁੱਖ ਮੰਤਰੀ, ਉਹ ਕਹਿੰਦਾ ਸੀ ਇਹ ਧਰਮ ਪਤਨੀ ਆ, ਹੁਣ ਪਤਨੀ ਨੂੰ ਟਿਕਟ ਦਵਾਉਣ ਨੂੰ ਫਿਰਦੇ ਆ। ਜੇ ਘਰ ਵਾਲੀ ਨੂੰ ਟਿਕਟ ਦਵਾ ਦਿੰਦੇ ਫਿਰ ਇਹਨਾਂ ਨੇ ਕਹਿਣਾ ਆਪਦੀ ਘਰ ਵਾਲੀ ਨੂੰ ਹੀ ਦਵਾਤੀ ਪੰਜਾਬ ਦੇ ਪ੍ਰਧਾਨ ਨੇ ਟਿਕਟ, ਕਿਸੇ ਪਾਸੇ ਨਹੀਂ ਛੱਡਣਾ। ਤੇ ਜੇ ਸੈਕਰੀਫਾਈਸ ਕੀਤਾ, ਉਲਟਾ ਇਹ ਕਿਹਾ ਕਿ ਆਮ ਲੋਕਾਂ ਨੂੰ ਅਸੀਂ ਤਾਕਤ ਦੇਵਾਂਗੇ ਆਮ ਲੋਕਾਂ ਤੋਂ ਲੈ ਕੇ, ਤੇ ਇਸ ਗੱਲ ਨੂੰ ਉਲਟਾ ਸ਼ਲਾਘਾ ਕਰਨੀ ਚਾਹੀਦੀ ਕਿ ਪਹਿਲਾ ਪ੍ਰਧਾਨ ਹੈ ਜਿਹਨੇ ਕਿਹਾ ਕਿ ਨਹੀਂ ਮੈਂ ਧਰਮ ਪਤਨੀ ਨੂੰ ਚੁਣਾਵ ਨਹੀਂ ਲੜਾਂਗਾ। ਹਾਲਾਂਕਿ ਧਰਮ ਪਤਨੀ ਡਿਜ਼ਰਵ ਕਰਦੀ ਸੀ, ਹਾਲਾਂਕਿ ਧਰਮ ਪਤਨੀ ਦਾ ਨਾਮ ਸਭ ਤੋਂ ਨੰਬਰ 1 ਸੀਗਾ, ਪਰ ਹਾਂ ਬਿਲਕੁਲ। ਤੇ ਇਹ ਕਿਹਾ ਗਿਆ ਕਿ ਮਜ਼ਬੂਤ ਕੈਂਡੀਡੇਟ ਹੈ, ਪਰ ਮੈਂ ਫਿਰ ਕਿਹਾ ਕਿ ਨਹੀਂ ਆਮ ਲੋਕਾਂ ਨੂੰ ਅਸੀਂ ਮੌਕਾ ਦੇਵਾਂਗੇ, ਲੜਾਂਗੇ ਯਾਰ। ਹਜੇ ਕੋਈ ਭੱਜ ਥੋੜੀ ਚੱਲੇ, 45 ਸਾਲ 46 ਸਾਲ ਦੀ ਉਮਰ ਦੇ ਵਿੱਚ ਜਦੋਂ ਔਖੀ ਘੜੇ ਹੋਏਗੀ ਡਟ ਕੇ ਜਿਹਦੇ ਨਾਲ ਕਾਂਗਰਸ ਪਾਰਟੀ ਕਹੇਗੀ ਲੜਾਂ। ਸੋ ਵੈਸੇ ਤਾਂ ਮੈਂ ਯਾਰ ਪਰਿਵਾਰ ਦੀ ਗੱਲ ਨਹੀਂ ਕਰ ਰਿਹਾ, ਪਰਿਵਾਰਵਾਦ ਦੀ ਗੱਲ ਨਹੀਂ ਕਰ ਰਿਹਾ। ਡਿਜ਼ਰਵਿੰਗ ਲੋਕਾਂ ਨੂੰ ਟਿਕਟ ਮਿਲਣਾ ਚਾਹੀਦਾ, ਲੇਕਿਨ ਕਦੇ ਕਦੇ ਤੁਹਾਨੂੰ ਮੈਸੇਜਿੰਗ ਦੇਣ ਦੀ ਵੀ ਜ਼ਰੂਰਤ ਹੁੰਦੀ ਹੈ। ਹੋ ਸਕਦਾ ਮੈਂ ਪੰਜਾਬ ਦਾ ਪ੍ਰਧਾਨ ਨਾ ਹੁੰਦਾ ਤਾਂ ਮੈਂ ਆਪਦੀ ਘਰ ਨੂੰ ਸਟਰੋਂਗ ਕੈਂਡੀਡੇਟ ਲੜਾ ਦਿੰਦਾ, ਕਿਉਂਕਿ ਉਹ ਪਾਰਲੀਮੈਂਟ ਦੀ ਗੱਲ ਹੈ, ਐਮਐਲਏ ਦੀ ਗੱਲ ਹੈ। ਅੱਜ ਮੈਂ ਪ੍ਰਧਾਨ ਹੈ, ਮੇਰੀ ਜ਼ਿੰਮੇਵਾਰੀ ਜ਼ਿਆਦਾ ਬਣਦੀ ਹੈ, ਕਿਉਂਕਿ ਉਹ ਨੈਰੇਟਿਵ ਸੈੱਟ ਹੁੰਦਾ ਕਿ ਪ੍ਰਧਾਨ ਨੇ ਕੇਵਲ ਆਪਦੀ ਘਰ ਵਾਲੀ ਹੱਸੇ ਹੀ, ਕਿਉਂਕਿ ਮੇਰੀ ਹੋਰ ਜ਼ਿੰਮੇਵਾਰੀਆਂ ਵੀ ਹੈ, ਫਿਰ ਮੇਰਾ ਧਿਆਨ ਉੱਥੇ ਹੋਣਾ ਸੀਗਾ।